अस्सलाम वालेकुम जी। तुहानू पता है असीं जिहड़ा ना इस डोमीनेटर लाबी साडी हाई रैंक गेम हुंदी है 5200 पॉइंट ने साडे ते इत्थे सीन की है तुहानू पता है थोड़ी जी लूट काढ़ के गड्डियां ते फिरन टुरन लग पैंदे आ कि कोई बंदे लभी है ते इह तुहानू दो फाइटां मैं जिहड़ा ना वहाना ते तीसरी फाइट च वेख्यो साडे नाल की बलफ होया। थोड़ा जिहा अगे ते करना, नज़र नहीं आ रहा। ओ गड्डी लगी आ, रोक दे रोक दे रोक दे। ਕਿੱਥੋਂ ਪਈ ਆ? ਮੋ ਕਰੋ, ਸਾਹਮਣੇ ਪਈ ਹੈ। ਉਹ ਸਾਹਮਣੇ ਸ਼ੀਲਡ ਲੱਗੀ ਆ। ਇੱਕ ਨਾਕ ਤੇ ਉਹਨਾਂ ਦਾ ਇੱਕ ਨਾਕ ਜੇ। ਅੱਜ ਤੇ ਸ਼ੀਲਡ ਲੱਗੀ ਉੱਥੇ ਨਾਕ ਜੇ ਇੱਕ ਬੰਦਾ। ਦੋ ਬੰਦੇ ਨਹੀਂ ਉੱਥੇ ਸ਼ੀਲਡ ਮਗਰ। ਸਮੋਕ ਕੀਤੀ। ਦੋਵੇਂ ਛੜੇ। ਇਹਨਾਂ ਘੂਮ ਜੇ। ਓਇਆ ਆ ਰਹੀ ਨਜ਼ਰ ਦੇ ਆਈ ਉਹਦੇ ਟਿੰਡ 'ਚ ਗੋਲੀ ਪਈ ਆ ਉੱਥੇ। ਇਹ ਜੀ ਪਹਿਲੀ ਫਾਈਟ ਖਤਮ ਹੋ ਗਈ ਹੈ, ਦੂਸਰੀ ਫਾਈਟ ਵੱਲ ਹੁਣ ਅਸੀਂ ਜਾਣ ਡਿਆ ਨਿਕਾਲ ਅਤੇ ਅਸੀਂ ਸੋਚਿਆ ਬੰਦੇ ਹੋ ਸਕਦੇ ਨੇ ਅਤੇ ਉੱਥੇ ਵੀ ਪੂਰੀ ਸਕੁਆਡ ਨਿਕਲ ਆਉਂਦੀ ਹੈ ਅਤੇ ਵੇਖੋ ਅਤੇ ਤੀਸਰੀ ਫਾਈਟ ਦਾ ਇੰਤਜ਼ਾਰ ਕਰੋ ਉਹਦੇ ਵਿੱਚ ਕੀ ਹੁੰਦਾ। ਜਾਣ ਦੇ ਨਿਕਾਲ ਇੱਥੇ ਉਹ ਬੰਦਾ ਰੋਕ ਦੇ, ਇੱਥੇ ਬਹੁਤ ਜ਼ਿਆਦਾ ਟਾਈਮ ਆਇਓ ਆਇਓ ਸੋੜ ਸੋੜ ਜਲਦੀ। ਇੱਕ ਹੀ ਸੁੱਟੀ ਬਸ, ਠੀਕ ਹੈ ਹੋਰ ਬੰਦਾ ਹੈ ਇੱਥੇ ਡਾਇਰੈਕਟ ਗਿਆ। ਇਹ ਜੀ ਮਾਸ਼ਾਅੱਲਾ ਇੱਕ ਹੋਰ ਸਕੁਆਡ ਵਾਈਪ ਕਰ ਦਿੱਤੀ ਹੈ, ਦੋ ਸਕੁਆਡ ਵਾਈਪ ਹੋ ਗਿਆ। ਜਿਹੜਾ ਨਾ ਹੁਣ ਇਹ ਜਿਹੜਾ ਸ਼ੈੱਕ ਬਣਿਆ ਇਹਨਾਂ ਦੇ ਵਿੱਚ ਵੀ ਬੰਦੇ ਨੇ ਸਪਾਟ ਹੋਏ ਨੇ ਅਤੇ ਇਹਨਾਂ ਨੂੰ ਕਿਲ ਕਰਕੇ ਨਾ ਅਸੀਂ ਜਿਹੜੇ ਨਾ ਤੀਜੀ ਸਕੁਆਡ ਵੱਲ ਜਾਂਦੇ ਹਾਂ ਜਿੱਥੇ ਸਾਡੇ ਨਾਲ ਜਿਹੜਾ ਨਾ ਗਲਿਚ ਹੁੰਦਾ। ਯਾਰ ਕਿਲੇ ਇੱਕ ਵੀ ਨਹੀਂ ਆਇਆ ਹੈ। ਇਹਨਾਂ ਨੂੰ ਵੀ ਈਜ਼ੀਲੀ ਅਸੀਂ ਜਿਹੜਾ ਨਾ ਵਾਈਪ ਕਰ ਦਿੱਤਾ ਤੇ ਹੁਣ ਅਸਲ ਸੀਨ ਜਿਹੜਾ ਆਨਾ ਮੈਂ ਤੁਹਾਡੇ ਨਾਲ ਕਿ ਗਲੀ ਚੜਨਾ ਹੈ। ਗੱਡੀ ਐਂਵੇਂ ਕੋਈ ਹੋਰ ਆਈ। ਐਂ ਜੀ ਸਕੁਆਡ ਵਾਲ ਜਾ ਰਹੇ ਆ, ਪਹਿਲਾਂ ਤੁਸੀਂ ਗੋਰ ਨਾਲ ਨਾ ਫਾਈਟ ਵੇਖੋ ਮੇਰੇ ਐਂਗਲ ਤੋਂ ਤੇ ਜਿਹੜਾ ਨਾ ਤਿੰਨੋਂ ਨਾਕ ਹੋ ਜਾਣਾ ਮੈਂਡ ਤੇ ਹੁੰਦਾ ਤੇ ਮੇਰੇ ਨਾਲ ਕੀ ਬਲਫ ਹੁੰਦਾ ਮੈਂ ਕਿਲ ਹੋ ਜਾਣਾ। ਫਿਰ ਮੈਂ ਤੁਹਾਨੂੰ ਮਲਾੜਗਾ ਤੇ ਕੈਮ ਤੋਂ ਵਹਾਵਾਂਗਾ ਕਿ ਹੋਇਆ ਕੀ। ਤੁਸੀਂ ਗੋਰ ਨਾਲ ਅਗਰ ਵੀਡੀਓ ਵੇਖੋਗੇ ਫਿਰ ਤੁਹਾਨੂੰ ਸਮਝ ਲੱਗੇਗੀ ਕਿ ਗਲਿਚ ਹੋਇਆ ਕੀ ਹੈ। ਆਹੋ ਯਾਰ ਉਹਨਾਂ ਦੇ ਸਾਹਮਣੇ ਲਾ ਦਿੱਤੇ ਯਾਰ, ਉਹਦੇ ਸਾਹਮਣੇ ਲਾ ਦਿੱਤੀ ਜ਼ੂਜ਼ੂ। यार एक मिनट मेरी हीलिंग वेख, कित्थे बंदा जे ए बंदे या कल्ला ही, वाच आउट। ओ भी हील पे करते ही, सिर्फ तुही दो रह गए। ਪਿੱਛੋਂ ਵੀ ਫਾਈਟ ਹੋਣ ਡਈ ਆ। ਆਇਆ ਹੀ ਬੰਦਾ ਹੈ ਜਿਹਦੇ ਮਗਰ ਆਇਆ ਹੈ ਭਾਈ। ਇਹ ਬੰਦਾ ਨਾਲ ਸੀ ਯਾਰ, ਵਾਚ ਆਊਟ। ਉਹ ਤੇਰੇ ਨਾਲ ਬੰਦਾ ਨੂੰ ਮਾਰ, ਉਹਦੇ ਸਾਹਮਣੇ ਯਾਰ ਹੱਥ ਹੋ ਗਈਏ। ਉਹ ਮੇਰੇ ਨਾਲ ਨਾਕ ਪਏ ਐ, ਮੈਨੂੰ ਦੂੜੂ ਪੈਣ ਡਈ ਆ, ਸਮਝ ਲੈਣ ਨਹੀਂ ਦੇਣ ਦੇ ਯਾਰ। ਚੁੱਪ ਬੈਠੇ ਆ ਸੀ, ਮੈਂ ਬੋਲੇ ਹੀ ਨਹੀਂ ਯਾਰ। ਐ ਵੇਖ ਦੂੜੂ ਮੈਂ ਵੇਨਾ ਪਿਆ ਨਾਲ ਸਾਹਮਣੇ, ਮੈਂ ਤੈਨੂੰ ਹਾਰਨਾ ਤੂੰ ਕੀ ਕਰ। ਉਹ ਨਾ ਕੋਈ ਆਹੀ ਮੈਂ ਹਾਰਨਾ ਤੈਨੂੰ। ਤੁਸੀਂ ਇੱਕ ਚੀਜ਼ ਨੋਟ ਕੀਤੀ ਯਾਰ, ਮੇਰੇ ਕੋਲ ਤਾਂ ਕੋਈ ਬੰਦਾ ਹੈ ਹੀ ਨਹੀਂ ਸੀ, ਉਹ ਤੇ ਰਿਵਾਈਵ ਸੋਰੀ ਨਾ ਕੋਈ ਆ ਸੀ ਬੰਦਾ ਹੈ, ਦੂਰੂ ਬੰਦੇ ਨੇ ਮੈਨੂੰ ਮਾਰਿਆ ਡਾਰਕ ਬਾਬਾ ਨੇ ਯਾਰ। ਸਮਝ ਲੱਗੀ ਹੁਣ ਤੁਹਾਨੂੰ ਮੈਂ ਮਲਾੜਕਾ ਦੇ ਕੈਮ ਤੋਂ ਵਹਾਨਾ ਕੀ ਸੀਨ ਹੋਇਆ। ਇਹ ਜੀ ਅਸੀਂ ਆਏ ਹਾਂ ਜੀ ਮਲਾੜਕਾ ਦੇ ਕੈਮ ਅਤੇ ਇੰਝ ਅਸੀਂ ਜਿਹੜਾ ਨਾ ਸਕੁਆਡ ਇੰਝ ਆਏ ਹਾਂ ਅਤੇ ਉਤਰਦੇ ਹੀ ਜ਼ੋਰ ਜ਼ੋਰ ਜਿਹੜਾ ਨਾਕ ਹੋ ਗਿਆ ਡਾਰਕ ਬਾਬਾ ਹੈ ਜੀ, ਜਾਂ ਇਸ਼ੂ ਹੀ ਜਾਂ ਕੋਈ ਗਲਿਚ ਸੀ ਠੀਕ ਹੈ। ਅਤੇ ਅਤੇ ਵੇਖੋ ਇਹ ਮੈਂ ਖੜਾ ਵਾਂ ਠੀਕ ਹੈ ਨਾ, ਅਤੇ ਉੱਧਰ ਮੈਂ ਪਿੱਛੇ ਪਤਾ ਚਲਾ ਗਿਆ ਹਾਂ ਇੱਕ ਨਾਕ ਕੀਤਾ ਸੀ ਉੱਥੇ, ਐਂ ਵੀ ਨਾਕ ਹੋ ਗਿਆ ਮਲਕ ਵੀ ਐਂ। ਹੁਣ ਮਲਾੜਕਾ ਨੇ ਇੱਕ ਨਾਕ ਕੀਤਾ ਅਤੇ ਇਹ ਵੀ ਨਾਕ ਹੋ ਗਿਆ ਠੀਕ ਹੈ। ਹੁਣ ਇਹ ਲਾਸਟ ਵਾਲਾ ਬੰਦਾ ਪਿਆ ਉੱਥੋਂ ਵੀ ਮੈਂ ਇੱਕ ਨਾਕ ਕਰਤਾ, ਹੁਣ ਇਹ ਬੰਦਾ ਜਿਹੜਾ ਨਾ ਡਾਰਕ ਬਾਬਾ ਇਹ ਹੀਲਿੰਗ ਕਰਦਾ ਪਿਆ ਠੀਕ ਹੈ। ਇੱਥੇ ਇਹ ਵੇਖੋ ਹੀਲਿੰਗ ਕਰਦਾ ਪਿਆ, ਅਤੇ ਇਹ ਨਾਕ ਹੈ ਜਿਹੜਾ ਨਾਕ ਹੀ ਸਿਰਫ ਮੈਨੂੰ ਉਹ ਸ਼ੋਅ ਹੋਣ ਡਿਆ ਸੀ। ਅਤੇ ਇਹ ਵੇਖਿਓ ਮੈਂ ਆਇਆ ਵਾਂ ਅੰਦਰ ਵੜਨ ਲੱਗਾ, ਉਹ ਸਾਰੇ ਮੈਨੂੰ ਗਾਈਡ ਵੀ ਕਰਦੇ ਨੇ ਪਏ ਕਿ ਇੱਥੇ ਬੰਦਾ, ਮੈਨੂੰ ਗਲਿਚ ਨਾਲ ਨਜ਼ਰ ਹੀ ਨਹੀਂ ਆ ਰਿਹਾ। ਵੇਖੋ ਅੰਦਰ ਬੰਦਾ ਅਤੇ ਮੈਂ ਅੰਦਰ ਚਲਾ ਗਿਆ, ਅਤੇ ਮੇਰੇ ਕੈਮ ਤੋਂ ਜਿਹੜਾ ਨਾ ਇਹ ਨਜ਼ਰ ਹੀ ਨਹੀਂ ਸੀ ਆਉਂਦਾ, ਇੰਝ ਈਜ਼ੀਲੀ ਉਹਨੇ ਮੈਨੂੰ ਮਾਰ ਦਿੱਤਾ ਯਾਰ। ਕਿੰਝ ਦਾ ਗਲਿਚ ਸੀ। ਅੱਲਾ ਹਾਫਿਜ਼।